ਕਾਨੂੰ ਦੇ ਵੇਲੇ ਕਿੰਨੀ ਪ੍ਰੋਗਰੈਸ ਹੋਈ ਸੀ 1956 ਤੋਂ 1968 ਤੱਕ ਹੀ ਲੇਡ ਦਾ ਪਾਥ ਆ ਫਿਊਚਰ ਡਿਵੈਲਪਮੈਂਟ ਔਰ ਆਊਟਸਟੈਂਡਿੰਗ ਡਿਲੀਵਰੀ ਸਿਸਟਮ ਪਰ 1995 ਤੋਂ ਬਾਅਦ ਵਰਾ ਸੈਟ ਸੌਫਟ ਗਵਰਨਮੈਂਟਸ ਵਿਚ ਵਰ ਇਨਫੈਕਟਿਵ ਇਨਡਿਸਾਈਸਿਵ ਐਂਡ ਡਾਇਰੈਕਸ਼ਨਲੈਸ ਵਰ ਟ ਉਹਨਾਂ ਨੂੰ ਕਿਨੇ ਖੜਾ ਕੀਤਾ ਗਵਰਨਮੈਂਟਾਂ ਨੂੰ ਕਿਉਂਕਿ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜੂਨ 84 ਦੇ ਫੌਜੀ ਹਮਲੇ ਨੂੰ ਸਮਝਦਾ ਹੁਣ ਇਹੀ ਲੋਕ ਜਿਹੜੇ ਪਿੰਡਾਂ ਵਾਲਿਆਂ ਨੂੰ ਜਾਂ ਇੰਦਰਾ ਗਾਂਧੀ ਨੂੰ ਵਧਾਈਆਂ ਦੇਣ ਵਾਲੇ ਸੀ ਜੂਨ 84 ਦੇ ਘੱਲੂ ਕਾਰ ਲਈ ਹੁਣ ਇਹਨਾਂ ਨੂੰ ਇਹ ਕਹਿਣ ਲੱਗ ਗਏ ਕਿ ਵੀ ਵੈਨ ਪੋਲਿਟਿਸ਼ੀਅਨਸ ਕੁਡਨਟ ਟੈਕਲ ਇਟ ਦੇ ਸੈਂਟ ਇਨ ਦਾ ਆਰਮੀ ਪੀਪਲ ਵਰਲਡ ਓਵਰ ਕੁਡ ਨਾਟ ਐਕਸੈਪਟ ਥਿਸ ਇਟ ਡਿਡ ਸੀਰੀਅਸ ਡੈਮੇਜ ਟੂ ਦਾ ਸਾਈਕੀ ਆਫ ਦਾ ਸਿਕ ਕਮਿਊਨਿਟੀ ਇਕਨੋਮੀ ਜਾ ਜਾਂਦੇ ਨੇ ਜੀ ਪੈਡੀ ਕਿਉਂ ਨਹੀਂ ਛੱਡਦੇ ਵੀਟ ਪੈਡੀ ਪੰਜਾਬ ਦਾ ਪਾਣੀ ਮੁਕਾਤਾ ਦੂਸਰਾ ਤੀਸਰਾ ਔਰ ਹੁਣ ਜਿਹੜੀ ਸਭ ਤੋਂ ਪਾਰਟ ਹੈ ਇਹ ਖੁਦ ਮੰਨਦਾ ਹੈ ਕਿ ਡਰੱਗਸ ਇਜ਼ ਦਾ ਬਿਗੇਸਟ ਡਿਜ਼ਾਸਟਰ ਹਰ ਇੱਕ ਨੂੰ ਪਤਾ ਹੈ ਨਾਲ ਕਹਿ ਰਹੇ ਦਾ ਸਪਲਾਈ ਚੇਨਸ हैव नॉट बीन ਰਪਚਰਡ ਡਰਗ ਸਪਲਾਈ ਦੀ ਚੇਨ ਕਿਨੇ ਰਪਚਰ ਕਰਨੀ ਸੀ ਜਿਹੜੇ ਲਿਆ ਰਹੇ ਨੇ ਡਰੱਗਸ ਜਿਹੜੇ ਤੁਹਾਨੂੰ ਖਵਾ ਰਹੇ ਨੇ ਜਿਹੜਾ ਪੰਜਾਬ ਨੂੰ ਨਸ਼ੇ ਦੇ ਵਿੱਚ ਧੱਕ ਰਹੇ ਨੇ ਵੀ ਹੈਵ ਨਾਟ ਡੈਲਟ ਵਿਦ ਡਰਗ ਸਮਗਲਿੰਗ ਇਨ ਦਾ ਆਈਡੀਅਲ ਮੈਨਰ ਸੈਡ ਵਾਰਾ Ramesh Chandra Singh is Punjab was gateway to invasions which created a consumerist society He also spoke about Amritpal Singh who was arrested last year saying there were forces sitting in other countries which should not be allowed to manipulate people Please send a message that we are not a violent society hmm. Come and invest one sector growth and dependence on a single sector will not carry us forward the uprising was fundamentally about sikh pride and dignity hun pindan wale ne 200 speeches ch tu har speech gulamai lafz sunoge hun pride ta toha udu janda je tusi gulam hunde ho te pride restore hunda jadon tusi azad hunde ho so slavery aur sovereignty di struggle de vich ਸਟਰਗਲ ਦਾ ਸੋਵਰਨਿਟੀ ਦੀ ਹੈ ਪ੍ਰਾਈਡ ਤੁਸੀਂ ਬਿਨਾ ਸੋਵਰਨਿਟੀ ਤੋਂ ਕਿਵੇਂ ਰਿਸਕੋਰ ਕਰੋਗੇ ਦੋਸ਼ ਕੋ ਪ੍ਰੇਕਟਵਾ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋਵੀਅਰਸ ਗੱਲਬਾਤ ਕਰਨ ਜਾਣਾ ਹੈ ਕਿ ਸਰਕਾਰ ਪੱਖੀ ਟੋਢੀ ਸਿੱਖਾਂ ਵੱਲੋਂ ਸੈਮੀਨਾਰਾਂ ਦੇ ਨਾਂ ਥੱਲੇ ਸਿੱਖ ਆਜ਼ਾਦੀ ਲਹਿਰ ਵਿੱਚ ਰੋਲ ਕਚੋਲ ਜੜਾ ਪਾਉਣ ਦਾ ਅਮਲ جاری ਹੈ ਦਿੱਲੀ ਵਿੱਚ ਇਸ ਕਿਸਮ ਦੇ ਸਰਕਾਰ ਪੱਖੀਆਂ ਵੱਲੋਂ ਕਰਵਾਏਗੇ ਇੱਕ ਉੱਚ ਪੱਧਰੀ ਸੈਮੀਨਾਰ ਵਿੱਚ ਇਹ ਸੱਟਾ ਕੱਢਿਆ ਗਿਆ ਕਿ ਸਿੱਖ ਆਪਣੇ ਸਵੈ ਮਾਨ ਦੀ ਲੜਾਈ ਲੜ ਰਹੇ ਹਨ ਨਾ ਕਿ ਖਾਲਿਸਤਾਨ ਦੀ ਸੋ ਕੀ ਖਾਲਿਸਤਾਨ ਤੋਂ ਬਿਨਾ ਭਾਰਤ ਵਿੱਚ ਸਿੱਖਾਂ ਦਾ ਕੋਈ ਸਵੈ ਮਾਨ ਕਾਇਮ ਹੋ ਰਹਾ ਹੋ ਸਕਦਾ ਹੈ ਜਾਂ ਰਹਿ ਸਕਦਾ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੂਸਾਂ ਇਸੇ ਤਰ੍ਹਾਂ ਬੜੇ ਨਾ ਦੇਖਣ ਸੁਣ ਲਈ ਐਂ ਲਿਖਣ ਲਈ ਥੋੜਾ ਸਾਬ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਤ ਸਾਹਿਬ ਕੀ ਵਿਚਾਰ ਆ ਨਹੀਂ ਇਸ ਮੁੱਦੇ ਤੇ ਅ ਦੇਖੋ ਜਦੋਂ ਅਸੀਂ ਇਹ ਕਹਿੰਦੇ ਆ ਕਿ ਵੀ ਅੱਜ ਦੀਆਂ ਜੰਗਾਂ ਲੜਾਈਆਂ ਜਿਹੜੀਆਂ ਨੇ ਉਹ ਨੈਰੇਟਿਵ ਦੀਆਂ ਲੜਾਈਆਂ ਬਣ ਗਈਆਂ ਬਰਤਾਂਤ ਦੀਆਂ ਲੜਾਈਆਂ ਬਣ ਗਈਆਂ ਤੇ ਜੇ ਅਸੀਂ ਇਹ ਦੇਖੀਏ ਵੀ ਜਦੋਂ ਜਦੋਂ ਵੀ ਸਿੱਖਾਂ ਦੇ ਵਿੱਚ ਐਜ਼ ਅ ਪੀਪਲ ਐਜ਼ ਅ ਕਮਿਊਨਿਟੀ ਚੇਤਨਾ ਆਂਦੀ ਹੈ ਕੌਮ ਇੱਕ ਕਾਫਲਾ ਬਣ ਕੇ ਤੁਰ ਪੈਂਦੀ ਹੈ ਆਪਣੇ ਗੋਲ ਵੱਲ ਤਾਂ ਉਦੋਂ ਤੁਹਾਨੂੰ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਕਿ ਵੀ ਆਰਡਰਡ ਨੈਰੇਟਿਵ ਜਾਂ ਆਰਡਰਡ ਬਰਤਾਂਤ ਸਿਰਜੇ ਜਾਂਦੇ ਨੇ ਆਰਡਰਡ ਤਰ੍ਹਾਂ ਦੇ ਜਿਹੜੇ ਨੇ ਮੰਕੀ ਰੈਂਚਰਾ ਦੇ ਵਿੱਚ ਸੁਟੇ ਜਾਂਦੇ ਨੇ ਔਰ ਉਸ ਲੈਵਲ ਦੇ ਉੱਤੇ ਫਿਰ ਡਿਬੇਟਸ ਉਹ ਧਾਰਮਿਕ ਮੁੱਦਿਆਂ ਦੀ ਹੋਈ ਉਹ ਗ੍ਰੰਥਾਂ ਨੂੰ ਲੈ ਕੇ ਹੋਏ ਉਹ ਮर्यादा ਨੂੰ ਲੈ ਕੇ ਹੋਏ ਕੋਈ ਹੋਰ ਹੋਏ ਫਿਰ ਉਹ ਸ਼ਕਸੀ ਚੱਕੜਬਾਜ਼ੀ ਹੋਏ ਉਹ ਸਾਰਾ ਵਰਤਾਰਾ ਜੇ ਤੁਸੀਂ ਇਹਨਾਂ ਚਾਰ ਦਹਾਕਿਆਂ ਦੀ ਗੱਲ ਅ ਖਾਸ ਤੌਰ ਤੇ ਜੂਨ 84 ਤੋਂ ਬਾਅਦ ਪਰ ਜੇ ਤੁਸੀਂ ਈਵਨ ਇਸ ਤੋਂ ਵੀ ਪਿੱਛੇ ਚਲੇ ਜਾਓ 6 ਸਾਲ ਪਹਿਲਾਂ 13 April 1978 ਤੋਂ ਪਹਿਲਾਂ ਨਿਰੰਕਾਰੀ ਲਹਿਰ ਨਕਲੀ ਨਿਰੰਕਾਰੀਆਂ ਦਾ ਉਹਨਾਂ ਦਾ ਰਾਈਜ਼ ਔਰ ਉਹਨਾਂ ਨੂੰ ਹਕੂਮਤ ਦੀ ਸਪੋਰਟ ਔਰ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਜਿਵੇਂ ਅਖਬਾਰ ਖੜੇ ਕੀਤੇ ਗਏ ਔਰ ਈਵਨ ਮੈਂ ਇੰਦਰਾ ਗਾਂਧੀ ਦਾ ਇੱਕ ਇੰਟਰਵਿਊ ਪਿਛਲੇ ਦਿਨ ਆ ਜਿਹੜਾ ਉਹਨੇ ਅੱਧ ਤਾ ਉਹਨਾਂ ਰੰਗਕਾਰੀਆਂ ਦੀ ਹਮਾਇਤ ਕਰ ਰਹੀ ਹੈ ਉਹਨਾਂ ਨੂੰ ਉਹ ਪੂਰਾ ਕਹਿ ਰਹੀ ਹੈ ਜੀ ਦੇਖੋ ਸਭ ਦਾ ਰਿਸਪੈਕਟ ਕਰਨ ਵਾਲੇ ਨੇ ਸਾਡੀ ਤਾਂ ਪਰੰਪਰਾ ਹੀ ਇੱਥੇ ਇਸ ਕਿਸਮ ਦੀ ਹੈ ਕਿ ਦਰਗਾਵਾਂ ਤੇ ਵੀ ਲੋਕ ਜਾਂਦੇ ਨੇ ਗੁਰਦੁਆਰਿਆਂ 'ਚ ਵੀ ਹਿੰਦੂ ਜਾਂਦੇ ਨੇ ਔਰ ਫਰਾਨੇ 'ਚ ਵੀ ਹੁੰਦਾ ਔਰ ਕੁਝ ਸਿੱਖਾਂ ਨੇ ਜੇ ਇਹ ਜਿਹੜੇ ਸਪਿਰਚੁਅਲ ਆ ਉਹਨਾਂ ਨੇ ਇਤਰਾਜ਼ ਕੀਤਾ ਇਸ ਦੇ ਉੱਤੇ ਔਰ ਦੂਸਰ ਉਹਨਾਂ ਦੀ ਬੜੀ ਮਾਡਰਨ ਸੋ ਤੁਸੀਂ ਇਹ ਦੇਖੋਗੇ ਕਿ ਇਹ ਪਹਿਲਾਂ ਉਹਨਾਂ ਨੇ ਸਾਬਤ ਕਰਨ ਦੇ ਲਈ ਕਿ ਭਾਰਤ ਦੇ ਵਿੱਚ ਜਿਹੜਾ ਸਿੱਖ ਨੇ ਇਹ ਟ੍ਰਬਲ ਮੇਕਰ ਨੇ ਉਹਨਾਂ ਨੇ ਕਿਵੇਂ ਨਿਰੰਕਾਰੀਆਂ ਨੂੰ ਖੜਾ ਕੀਤਾ ਔਰ ਹੌਲੀ 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 ਫਿਰ ਜਦੋਂ 13 ਸਿੰਘਾਂ ਨੂੰ ਨਿਰੰਕਾਰੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਚ ਜਿਹੜਾ ਉਹ ਸ਼ਹੀਦ ਕਰਕੇ ਜਾਂਦੇ ਨੇ ਔਰ ਸੇਫਲੀ ਉਹਨੂੰ ਕੱਢਿਆ ਜਾਂਦਾ ਨਿਰੰਕਾਰੀ ਮੁਖੀ ਨੂੰ ਬਾਦਲੀ ਉਹਨੂੰ ਸੇਫਲੀ ਕੱਢਦਾ ਔਰ ਫਿਰ ਇੱਕ ਨੈਰੇਟਿਵ 78 ਤੋਂ ਲੈ ਕੇ 84 ਤੱਕ ਜਿਹਦੇ ਚ ਕਿ ਸਿੱਖਾਂ ਨੂੰ ਫੰਡਮੈਂਟਲਿਸਟ ਉਸ ਵੇਲੇ ਸਰਕਾਰ ਜਨਤਾ ਪਾਰਟੀ ਦੀ ਹੈ ਮੁਰਾਰਜੀ ਦੇਸਾਈ ਦੀ ਜੇ ਉਹਦੇ ਕੋਲ ਡੈਲੀਗੇਸ਼ਨ ਜਾਂਦਾ ਹੈ ਕਿ ਭਾਈ ਆ ਇਹਨਾਂ ਦੀਆਂ ਅਵਤਾਰ ਬਾਣੀ ਯੁਗਪੁਰਸ਼ ਕਿਤਾਬਾਂ ਚ ਕੀ ਬਕਵਾਸ ਕੀਤਾ ਹੋਇਆ ਹੈ ਉਹਨਾਂ ਨੂੰ ਬੈਨ ਕਰੋ ਔਰ ਇਹ ਜੋ ਅੰਮ੍ਰਿਤਸਰ ਜੋ ਹੋਇਆ ਉਹ ਕਹਿੰਦੇ ਨੇ ਉਹ ਵਾਹ ਲੈਣੇ ਕਿਆ ਗਏ ਥੇ ਵੀ ਤੁਹਾਡੇ ਕੋਲ ਪੀਸਫੁਲ ਪ੍ਰੋਟੈਸਟ ਦਾ ਹੱਕ ਵੀ ਨਹੀਂ ਉਹ ਤੁਹਾਡੇ ਸ਼ਹਿਰ ਜ ਤੁਹਾਡੇ ਖਾਲਸਾ ਸਾਜਨਾ ਦੇ ਦਿਵਸ ਵਾੜੇ ਦਿਨ ਉਹ ਤੁਹਾਡੇ ਗੁਰੂਆਂ ਦਾ ਅਪਮਾਨ ਕਰਨ ਤੁਸੀਂ ਉਸ ਨੂੰ ਟਾਇਲਟ ਕਰੋ ਸੋ ਇਹ ਸਾਰਾ ਔਰ ਉਹਦੇ ਤੁਸੀਂ ਦੇਖੋਗੇ ਕਿ ਪੋਲਿਟੀਕਲ ਅਰੀਨਾ ਚ ਵੀ ਉਹਨਾਂ ਨੇ ਫਿਰ ਇਹੀ ਟਰਮਸ ਪਹਿਲਾਂ ਧਾਰਮਿਕ ਚ ਲਿਆਂਦੀਆਂ ਬਿਲਕੁਲ ਫੰਡਾਮੈਂਟਲਿਸਟ ਵਰਸਸ ਮੋਡਰੇਟ ਕਿ ਜਿਹੜੇ ਆਪਣੇ ਸਿਧਾਂਤਾਂ ਦੀ ਗੱਲ ਕਰਨ ਉਹ ਆਰਥੋਡਾਕਸ ਨੇ ਫੰਡਾਮੈਂਟਲਿਸਟ ਨੇ ਤੇ ਜਿਹੜੇ ਆ ਨਿਰੰਕਾਰੀ ਜਾਂ ਰਾਧਾ ਸੁਆਮੀ ਜਾਂ ਇਸ ਕਿਸਮ ਦੀ ਨਸਲ ਜਿਹੜੀ ਹੈ ਉਹਨਾਂ ਨੂੰ ਮੋਡਰੇਟ ਬਣਾ ਦਿੱਤਾ ਫਿਰ ਉਹਨਾਂ ਨੇ ਉੱਥੇ ਪੋਲੀਟੀਕਲ ਅਰੀਨਾ ਚ ਵੀ ਇਹ ਲਿਆਂਦਾ ਸੰਤ ਪਿੰਡਰਾਵਾਲਿਆਂ ਦੇ ਰਾਈਜ਼ ਉਹਨਾਂ ਨੂੰ ਫੰਡਾਮੈਂਟਲਿਸਟ ਜਿਹੜਾ ਉਹ ਪ੍ਰੂਫ ਕੀਤਾ ਪੋਲੀਟੀਕਲੀ ਵੀ ਔਰ ਲੋਂਗੋਵਾਲ ਨੂੰ ਬਿਲਡ ਕੀਤਾ ਐਜ਼ ਅ ਮੋਡਰੇਟ ਸਿੱਖ ਲੀਡਰ ਜਿਹੜਾ ਕਿ ਬਿਲਕੁਲ ਭਾਰਤ ਦੇ ਵਿੱਚ ਅਮਨ ਅਮਾਨ ਨਾਲ ਰਹਿਣਾ ਚਾਹੁੰਦਾ ਔਰ ਪਿੰਡਰਾਵਾਲੇ ਜਿਵੇਂ ਨੇ ਉਹਨਾਂ ਦੀ ਛਵੀ ਕਿਵੇਂ ਵਿਗਾੜੀ ਗਈ ਫਿਰ ਤੁਸੀਂ ਡਾਇਸਪੋਰਾ ਚ ਆ ਕੇ ਦੇਖੋਗੇ 1990s ਚ ਜਦੋਂ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ ਸਿੱਖ ਗੁਰਦੁਆਰਾ ਸਰੀ ਇਨੇ ਭਾਈ ਹਰਦੀਪ ਸਿੰਘ ਨੇ ਜਰ ਪ੍ਰਧਾਨ ਉਹਨਾਂ ਦਾ ਕੋਲਡ ਬਲੈਡਡ ਮਰਡਰ ਹੋਇਆ ਉੱਥੇ ਕਿਵੇਂ ਜਦੋਂ ਉਹਨਾਂ ਦਾ ਇੱਕ ਪ੍ਰੈਜ਼ੀਡੈਂਟ ਬਲਵੰਤ ਗਿੱਲ ਜਿਹੜਾ ਬੜਾਇਆ ਜਾਂਦਾ ਉਹ ਕੁਰਸੀਆਂ ਵਰਸਸ ਤੱਪੜ ਹਮ ਇੱਕ ਡਿਬੇਟ ਖੜੀ ਹੋ ਜਾਂਦੀ ਹੈ ਔਰ ਉਸ ਚੋਂ ਕੀ ਨਿਕਲਦਾ ਹੈ ਇਹਦਾ ਐਂਡ ਸਾਰੇ ਵੈਸਟਰਨ ਵਰਲਡ ਦੇ ਵਿੱਚ ਰਿਲੀਜੀਅਸ ਐਂਗਲ ਤੋਂ ਮੋਡਰੇਟ ਵਰਸਸ ਫੰਡਾਮੈਂਟਲਿਸਟ ਕਿ ਜਿਹੜੇ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਣ ਦੀ ਵਜਾਤ ਕਰਨ ਉਹ ਫੰਡਾਮੈਂਟਲਿਸਟ ਨੇ ਔਰ ਜਿਹੜੇ ਕੁਰਸੀਆਂ ਦੇ ਕਾਰਨ ਹੋ ਦੂਸਰੇ ਨੇ ਸੋ ਇਹ ਸਾਰਾ ਨੈਰੇਟਿਵ ਇਸ ਟੰਗ ਨਾਲ ਰਸੀ ਉਹਦੇ ਵਿੱਚ ਫਸਦੇ ਚਲੇ ਜਾਂਦੇ ਹੌਲੀ 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 ਸਾਰਾ ਪਾਰਟ ਹੁਣ ਜਦੋਂ ਕਿ ਡਾਇਸਪੋਰਾ ਦੇ ਵਿੱਚ ਇੱਕ ਖਾਲਸਤਾਨ ਰੈਫਰੈਂਡਮ ਦੇ ਥੱਲੇ ਇੱਕ ਮੋਟੀਵੇਸ਼ਨਲ ਇੱਕ ਪੂਰਾ ਬਣਿਆ ਮਾਹੌਲ ਫਿਰ ਇੰਡੀਆ ਐਜ਼ ਅ ਰੌਗ ਸਟੇਟ ਐਕਸਪੋਜ਼ ਹੋ ਰਿਹਾ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਅਮਰੀਕਾ ਕੈਨੇਡਾ ਚ ਤੋ ਜਵਾਬ ਦੇ ਹੈ ਹੀ ਆ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਭਾਵੇਂ ਉਹ ਸੌਫਟ ਪੈਡਲ ਕਰ ਰਹੇ ਨੇ ਪਰ 5 ਆਈਜ਼ ਕੰਟਰੀਜ਼ ਦੇ ਥੱਲੇ ਇਹ ਸਾਰਾ ਪਾਰਟ ਹੈ ਅਸੀਂ ਅਚਾਨਕ ਦੇਖ ਰਹੇ ਆ ਕਿ ਵੀ ਇੱਕ ਇੱਕ ਪਾਸੇ ਜੇ ਕਿਸਾਨਾਂ ਦੀ ਲਹਿਰ ਦੇ ਥੱਲੇ ਆ ਤਾਂ ਉਹਦੇ ਚ ਵੀ ਇੱਕ ਕਿਸਮ ਦੇ ਜਿਹੜੇ ਹਮਾਇਤੀ ਵੀ ਨਿਕਲਦੇ ਨੇ ਉਹ ਕਹਿਣਗੇ ਦੇਖੋ ਇਹ ਤਾਂ ਆਰਥਿਕ ਮੁੱਦਾ ਹੈ ਸਿੱਖਾਂ ਨੂੰ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਜਿਹੜਾ ਉਹ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਔਰ ਔਰ ਜਿਹੜੇ ਉੱਥੇ ਸਿੱਖ ਨੇ ਜੇ ਇੱਕ ਉਹਨੂੰ ਆਈਪੀਐਸ ਨੂੰ ਖਾਲਸਤਾਨੀ ਕਹਿੰਦਾ ਉਹਦੀ ਆਪੋਜੀਸ਼ਨ ਲੀਡਰ ਭਾਜਪਾ ਆੜੇ ਨੇ ਤੇ ਉਹਨੂੰ ਦੇਖੋ ਜੀ ਇਹ ਸਾਨੂੰ ਗਾਲ ਕੱਢ ਦਿੱਤੀ ਇਸੇ ਤਰ੍ਹਾਂ ਕਿਸੇ ਆਈਏਸ ਨੂੰ ਵੀਵੇਂ ਕਿ ਉਹਨਾਂ ਨੇ ਕਿਹਾ ਲੋ ਜੀ ਸਾਨੂੰ ਸੋ ਉਹਨਾਂ ਨੇ ਮਾਹੌਲ ਇਹ ਬਣਾ ਦਿੱਤਾ ਕਿ ਨੈਰੇਟਿਵ ਚ ਇਹ ਹੈ ਵੀ ਤੁਸੀਂ ਐਕਸਟਰਾ ਮਾਈਲ ਜਾ ਕੇ ਪ੍ਰੂਫ ਕਰੋ ਕਿ ਤੁਸੀਂ ਦੇਸ਼ ਭਗਤੋਂ ਤੇ ਤੁਹਾਨੂੰ ਜੇ ਕੋਈ ਖਾਲਸਤਾਨੀ ਕਹੇ ਤੇ ਤੁਸੀਂ ਕੋਈ ਸਾਨੂੰ ਗਾਲ ਕੱਢ ਰਹੇ ਨੀ ਵੀ ਇਹ ਤੁਹਾਡੇ ਐਂਡਰੋਇਡ ਕਿਸਾਨ ਲੀਡਰਾਂ ਦਾ ਵੀ ਇਹ ਹਾਰ ਉਹ ਕਹਿੰਦੇ ਲੋ ਜੀ ਸਾਨੂੰ ਖਾਲਸਤਾਨੀ ਅਸੀਂ ਤਾਂ ਕਿਸਾਨ ਮੰਗਾਂ ਵੀ ਉਹਨਾਂ ਨੇ ਤੁਹਾਨੂੰ ਸਿੱਖ ਵੀ ਨਹੀਂ ਰਹਿਣ ਦੇਣਾ ਉਹਨਾਂ ਨੇ ਤੁਹਾਨੂੰ ਖਾਲਸਤਾਨੀ ਤਾਂ ਕੀ ਤੁਹਾਨੂੰ ਤੁਹਾਡਾ ਵਕਾਰ ਵੀ ਨਹੀਂ ਰਹਿਣ ਦੇਣਾ ਔਰ ਤੁਹਾਨੂੰ ਉਹਨਾਂ ਨੇ ਉਸ ਨੈਰੇਟਿਵ ਦੇ ਥੱਲੇ ਜਿੱਥੇ ਤੁਸੀਂ ਹੱਥ ਜੋੜ ਕੇ ਬਾਰ-ਬਾਰ ਭਾਰਤ ਮਾਤਾ ਕੀ ਜੈ ਤੇ ਦੂਜਾ ਹਾਲਾਂ ਜੇ ਸਾਊਥ ਦੇ ਵਿੱਚ ਇਹ ਰਾਜਾ ਡੀਐਮਕੇ ਦਾ ਪ੍ਰੋਮਿਨੈਂਟ ਲੀਡਰ ਮੈਂਬਰ ਪਾਰਲੀਮੈਂਟ ਉਹ ਕਹਿੰਦਾ ਵੀ ਜੇ ਤੁਹਾਡੀ ਭਾਰਤ ਮਾਤਾ ਕੀ ਜੈ ਤੇ ਤੁਹਾਡਾ ਸ੍ਰੀ ਰਾਮ ਇਹ ਹੈ ਜੋ ਤੁਸੀਂ ਬਣਾਇਆ ਹੋ ਹੈ ਔਰ ਇਹਦੇ ਥੱਲੇ ਫਿਰ ਅਸੀਂ ਤਾਂ ਨਹੀਂ ਹੈਗੇ ਤੁਹਾਡਾ ਪਾਰਟ ਅਸੀਂ ਤੁਹਾਡਾ ਕਿਹੜਾ ਨੇਸ਼ਨ ਆਉਂਗਾ ਜੀ ਸਾਡਾ ਨੇਸ਼ਨ ਸਾਡੀ ਲੈਂਗੁਏਜ ਸਾਡਾ ਸਭਿਆਚਾਰ ਸਾਡਾ ਕਲਚਰ ਰਹਿਤਲ ਬਹਿਤਲ ਇਹ ਸਾਨੂੰ ਨੇਸ਼ਨ ਬਣਾਉਂਦੀ ਹੈ ਇਹ ਤਾਂ ਸਬ ਕੰਟੀਨੈਂਟ ਹੈ ਜੀ ਹੁਣ ਹਾਲ ਸਿੱਖਾਂ ਦੀ ਜਥੇਬੰਦੀਆਂ ਦਾ ਇਹ ਹੋਇਆ ਸ਼੍ਰੋਮਣੀ ਕਾਰਜਕਾਰੀ ਦਲ ਅੰਮ੍ਰਿਤਸਰ ਮਾਨ ਸਾਹਿਬ ਨੂੰ ਛੱਡ ਕੇ ਪੋਲੀਟੀਕਲ ਅਰੀਨਾ ਕੋਈ ਇਹ ਵੀ ਕਹਿਣ ਨੂੰ ਤਿਆਰ ਨਹੀਂ ਕਿ ਭਾਈ ਇਹ ਸਬਕਾਂਟਿਨੈਂਟ ਹੈ ਹੂੰ ਇਹਦੇ ਜੇ ਅਡਲਟ ਨੈਸ਼ਨੈਲਿਟੀਆਂ ਨੇ ਅਸੀਂ ਤੁਹਾਡੇ ਇਸ ਹਿੰਦੂਤਵਾ ਦਾ ਹਿੱਸਾ ਨਹੀਂ ਅਸੀਂ ਬਿਲਕੁਲ ਸਾਡਾ ਇੱਕ ਵੱਖਰੀ ਹੁੰਦਾ ਹੁਣ ਇਸਾਰੇ ਦੇ ਨਾਲ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਅਜੇ ਕਿਉਂਕਿ ਸਿੱਖਾਂ ਦੇ ਜ਼ਖਮ ਰਿਸਦੇ ਨੇ ਇਹਨਾਂ ਚਾਰ ਦਾ ਹੱਕ ਕਹਿੰਦੇ ਔਰ ਯੰਗਰ ਜਨਰੇਸ਼ਨ ਖਾਸ ਤੌਰ ਤੇ ਇਸ ਦੇ ਉੱਤੇ ਕਾਫੀ ਜਿਹੜੀ ਹੈ ਉਹ ਜਾਗਰੂਕ ਹੈ ਤੇ ਫਿਰ ਉਹ ਸਫਿਸਟੀਕੇਟ ਲਫਜ਼ ਜਿਹੜਾ ਸੈਮੀਨਾਰ ਇਹਨਾਂ ਨੇ ਕੱਢਿਆ ਜਿਹੜਾ ਪੁਰਾਣੇ ਵੇਲੇਾਂ ਚ ਗੋਸ਼ਟੀ ਸੀ ਡਿਸਕਸ਼ਨ ਸੀ ਵਿਚਾਰ ਚਰਚਾ ਸੀ ਉਹਦੇ ਥੱਲੇ ਉਹ ਕਿਤੇ ਨਾ ਕਿਤੇ ਕਨਫਿਊਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕਰਦ ਨੇ ਦੇਖੋ ਜੀ ਜੇ ਸਿੱਖਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਮੁੱਲ ਮਿਲ ਜਾਏ ਜਾਂ ਮਿਲ ਜਾਂਦਾ ਉਹਨਾਂ ਨੂੰ ਉਹਨਾਂ ਦੇ ਪਾਣੀ ਦਾ ਹੱਕ ਮਿਲ ਜਾਏ ਸਿੱਖ ਤਾਂ ਸਿਰਫ ਸਤਕਾਰ ਦੇ ਭੁੱਖੇ ਨੇ ਜਾਂ ਦੂਜੇ ਨੇ ਉਹ ਤਾਂ ਅਦਰਵਾਈਜ਼ ਤੁਹਾਡੇ ਤੋਂ ਕੁਰਬਾਨ ਹੋਣ ਵਾਲੇ ਬਹੁਤ ਵੱਡੇ ਦੇਸ਼ ਭਗਤ ਨੇ ਦੇਖੋ ਬਾਰਡਰਾਂ ਦੇ ਵੀ ਅਸੀਂ ਰੱਖਿਆ ਕਰ ਰਹੇ ਹਾਂ ਅਸੀਂ ਦੂਸਰਿਆਂ ਦੀ ਵੀ ਕਰ ਰਹੇ ਹਾਂ ਔਰ ਫਿਰ ਉਹਦੇ ਵਿੱਚ ਜਿਹੜੇ 10-20 ਚੰਗੇ ਬੁੱਧੂ ਜੀ ਵੀ ਨੇ ਉਹਨਾਂ ਨੂੰ ਇਕੱਠਾ ਕਰ ਲੈਂਦੇ ਨੇ ਜਿਹਦੇ ਨਾਲ-ਨਾਲ ਡਾਕਟਰ ਲੱਗਾ ਪ੍ਰੋਫੈਸਰ ਲੱਗਾ ਜੇ ਉਹਨੂੰ ਇੰਟਰਨੈਸ਼ਨਲ recognition ਦੇਣੀ ਹੈ ਫਿਰ ਬਾਹਰੋਂ ਵੀ ਸੱਦ ਲੋਕੋ ਗੋਰਾ ਆ ਜਾਏ ਫਿਰ ਤਾਂ ਲੱਗਦਾ ਜੀ ਗੋਰਾ ਸਾਹਿਬ ਆ ਗਿਆ ਇਹ ਤਾਂ ਹੋਰ ਵੀ ਸਿਆਣਪ ਵਾਲੀ ਹੋ ਗਈ ਹੁਣ ਇਸ ਕਿਸਮ ਦਾ ਇੱਕ ਜਿਹੜਾ ਉਹਨਾਂ ਨੇ ਅ ਡਫਾਂਗ ਦਿੱਲੀ ਦੇ ਵਿੱਚ ਕੀਤਾ ਔਰ ਇਹ ਇੰਸਟੀਚੂਟ ਹੈ ਕੋਈ ਬਣਾਈ ਹੋਈ ਮੈਨੂੰ ਤਾਂ ਨਾ ਤੋਂ ਹੀ ਪਤਾ ਸੀ ਵੀ ਇਹ ਕੌਣ ਨੇ ਕਿ ਭਈ ਇਹ ਉਹਨਾਂ ਨੇ ਪਾਈ ਵੀਰ ਸਿੰਘ ਸਾਹਿਤ ਸਦਨ ਔਰ ਨੈਸ਼ਨਲ ਇੰਸਟੀਚੂਟ ਆਫ ਪੰਜਾਬ ਸਟੱਡੀਜ਼ ਜਦੋਂ ਭਾਈ ਵੀਰ ਸਿੰਘ ਸਾਇਤ ਸਦਨ ਵਾਲੇ ਉੱਥੇ ਬੈਠੇ ਨੇ ਉਹਨਾਂ ਚੋਂ ਹੀ ਮਨਮੋਹਨ ਸਿੰਘ ਨੂੰ ਪੈਟਰਨ ਬਣਾਇਆ ਹੋਇਆ ਮੈਸੇਜ ਵੀ ਉਹਦਾ ਹੀ ਲਿਖਤੀ ਉਹਦੇ ਚ ਪੜਿਆ ਗਿਆ ਔਰ ਉਹਦੇ ਚ ਜਿਹੜਾ ਖਾਸ ਤੌਰ ਤੇ ਜੋ ਟਾਪਿਕ ਰੱਖਿਆ ਗਿਆ ਹੈ ਪੋਲੀਟੀਕਲ ਇਕਨੋਮੀ ਐਂਡ ਗਵਰਨੈਂਸ ਆਫ ਪੰਜਾਬ ਹਾਂਜੀ ਸਿਆਸੀ ਆਰਥਿਕਤਾ ਗਵਰਨੈਂਸ ਔਰ ਉਹਦੇ ਜਿਹੜਾ ਐਜ਼ ਅ ਚੀਫ ਗੈਸਟ ਸੱਦਿਆ ਗਿਆ ਉਹ ਗਵਰਨਰ ਰਨਨ ਵੋਰਾ ਜਿਹੜਾ ਪੰਜਾਬ ਕਾਡਰ ਦਾ ਜਿਹੜਾ ਉਹ ਰਿਹਾ ਹੈ ਆਈਪੀਐਸ ਔਰ ਬਾਅਦ ਵਿੱਚ ਜੰਮੂ ਕਸ਼ਮੀਰ ਦਾ ਗਵਰਨਰ ਜਿਹੜਾ ਜੋ ਕੁਝ ਉੱਥੇ ਗਵਰਨਰ ਕਰਦੇ ਨੇ ਜਾ ਕੇ ਜਨੂੰਨ ਕਸ਼ਮੀਰ ਚ ਲਾਇਆ ਜਾਂਦਾ ਜਾਂ ਪੰਜਾਬ ਚ ਲਾਇਆ ਜਾਂਦਾ ਉਸ ਕਿਸਮ ਦਾ ਹੀ ਹੈ ਹੁਣ ਉਹ ਜਿਹੜਾ ਉੱਥੇ ਥੋੜੀਆਂ ਬਹੁਤ ਨਰਮ ਗੱਲਾਂ ਵੀ ਕਰ ਰਿਹਾ ਉਹ ਕਹਿ ਰਿਹਾ ਦੇਖੋ ਜੀ ਕੈਰੋਂ ਦੇ ਵੇੜੇ ਕਿੰਨੀ ਪ੍ਰੋਗਰੈਸ ਹੋਈ ਸੀ 1956 ਤੋਂ 1964 ਤੱਕ ਹੀ ਲੇਡ ਦਾ ਪਾਥ ਆਫ ਫਿਊਚਰ ਡਿਵੈਲਪਮੈਂਟ ਔਰ ਆਊਟਸਟੈਂਡਿੰਗ ਡਿਲੀਵਰੀ ਸਿਸਟਮ ਪਰ 1995 ਤੋਂ ਬਾਅਦ ਵੋਰਾ ਸੈਟ ਸੌਫਟ ਗਵਰਨਮੈਂਟਸ which were ineffective indecisive and directionless हुँ. were to ਉਹਨਾਂ ਨੂੰ ਕਿਨੇ ਖੜਾ ਕੀਤਾ ਗਵਰਨਮੈਂਟਾਂ ਨੂੰ ਕੌਣ ਤੁਹਾਡੇ ਨਾਲ ਸੈਂਟਰ ਦੇ ਵਿੱਚ ਵੀ ਭਾਈਵਾਲ ਸੀ ਪੰਜ ਵਾਰ ਜੇ ਬਾਦਲ ਚੀਫ ਮਿਨਿਸਟਰ ਬਣਿਆ ਤੇ ਉਹ ਤੁਹਾਡਾ ਅਮਰਿੰਦਰ ਉਹ ਭਾਵੇਂ ਕਾਂਗਰਸ ਸੀ ਤੁਹਾਡੇ ਨਾਲ ਰਲ ਕੇ ਚੱਲਦਾ ਰਿਹਾ ਜਾੜਾ ਵੀ ਤੁਹਾਡੇ ਨਾਲ ਰਲ ਕੇ ਚੱਲਦਾ ਫਿਰ ਇੱਥੇ ਹੀ ਗੱਲ ਨਹੀਂ ਉਹਨੇ ਮੁਕਾਈ ਉਹਨੇ ਕਿਹਾ ਜੀ ਇਹ ਹੁਣ ਕਿਉਂਕਿ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜੂਨ 84 ਦੇ ਫੌਜੀ ਹਮਲੇ ਨੂੰ ਸਮਝਦਾ ਹੁਣ ਇਹੀ ਲੋਕ ਜਿਹੜੇ ਪਿੰਡਾਂ ਵਾਲਿਆਂ ਨੂੰ ਜਾਂ ਇੰਦਰਾ ਕਾਂਦੇ ਨੂੰ ਵਧਾਈਆਂ ਦੇਣ ਵਾਲੇ ਸੀ ਜੂਨ 84 ਦੇ ਘੱਲੂਕਾਰ ਲਈ ਉਹਨਾਂ ਨੇ ਇਹ ਕਹਿਣ ਲੱਗ ਗਏ ਕਿ ਵੀ ਵੈਨ ਪੋਲਿਟਿਸ਼ੀਅਨਸ ਕੁਡਨਟ ਟੈਕਲ ਇਟ ਦੇ sent in the army ਪੀਪਲ ਵਰਲਡ ਓਵਰ ਕੁਡ ਨਾਟ ਐਕਸੈਪਟ ਥਿਸ ਇਟ ਡਿਡ ਸੀਰੀਅਸ ਡੈਮੇਜ ਟੂ ਦਾ ਸਾਈਕੀ ਆਫ ਦਾ ਸਿੱਖ ਕਮਿਊਨਿਟੀ ਸੈਡ ਹੁਣ ਮੰਨਣ ਲੱਗ ਗਏ ਕਿ ਜੇ ਜੂਨ 84 ਬਹੁਤ ਗਲਤੀ ਸੀ ਇਹ ਸਿੱਖਾਂ ਦੀ ਮਾਨਸਿਕਤਾ ਨੂੰ ਇਹਨੇ ਬੜਾ ਦੁਖੀ ਕੀਤਾ ਹੈ ਔਰ ਇਹ ਬੜਾ ਢੂੰਗਾ ਜ਼ਖਮ ਲੱਗਾ ਹੈ ਔਰ ਫਿਰ ਇਕਨੋਮੀ ਜਾ ਜਾਂਦਾ ਨੇ ਜੀ ਪੈਡੀ ਕਿਉਂ ਨਹੀਂ ਛੱਡਦੇ ਵੀਟ ਪੈਡੀ ਪੰਜਾਬ ਦਾ ਪਾਣੀ ਮੁਕਾਤਾ ਹੈ ਦੂਸਰਾ ਤੀਸਰਾ ਔਰ ਹੁਣ ਜਿਹੜੀ ਸਭ ਤੋਂ ਪਾਰਟ ਹੈ ਇਹ ਖੁਦ ਮੰਨਦਾ ਹੈ ਕਿ ਡਰੱਗਸ ਇਜ਼ ਦਾ ਬਿਗੇਸਟ ਡਿਜ਼ਾਸਟਰ ਹਰ ਇੱਕ ਨੂੰ ਪਤਾ ਹੈ ਨਾਲ ਕਹਿ ਰਿਹਾ ਦਾ ਸਪਲਾਈ ਚੇਨਸ ਹੈਵ ਨਾਟ ਬੀਨ ਰਪਚਰਡ ਡਰੱਗ ਸਪਲਾਈ ਦੀ ਚੇਨ ਕਿਨੇ ਰਪਚਰ ਕਰਨੀ ਸੀ ਜਿਹੜੇ ਲਿਆ ਰਹੇ ਨੇ ਡਰੱਗਸ ਜਿਹੜੇ ਤੁਹਾਨੂੰ ਖਵਾ ਰਹੇ ਨੇ ਜਿਹੜਾ ਪੰਜਾਬ ਨੂੰ ਨਸ਼ੇ ਦੇ ਵਿੱਚ ਤੱਕ ਰਹੇ ਨੇ ਵੀ ਹੈਵ ਨਾਟ ਡੈਲਟ ਵਿਦ ਡਰਗ ਸਮਗਲਿੰਗ ਇਨ ਦਾ ਆਈਡੀਅਲ ਮੈਨਰ ਸੈਡ ਵਾਰ ਹੁਣ ਕਿਨੇ ਕਰਨਾ ਸੀ ਜੀ ਤੁਸੀਂ ਵੀ ਸਰਕਾਰ ਦੇ ਦਰਬਾਰੇ ਗਵਰਨਰ ਵੀ ਹੋ ਉਹਨਾਂ ਦੇ ਅਹੁਦਿਆਂ ਤੇ ਵੀ ਰਹੇ ਹੋ ਔਰ ਫਿਰ ਉਹ ਕਹਿੰਦਾ ਨਿਊ ਡੈਲੀ ਹੈਜ਼ ਨਾਟ ਗਿਵਨ ਦਾ ਕਾਈਂਡ ਆਫ ਅਟੈਂਸ਼ਨ ਦੈਟ ਇਜ਼ ਨੀਡੀਡ ਟੂ ਸਟਾਪ ਸਮਗਲਿੰਗ ਇਨਫਿਲਟ੍ਰੇਸ਼ਨ ਐਂਡ ਡਰਗਸ ਹੁਣ ਮੰਨ ਵੀ ਰਹੇ ਨੇ ਕਿ ਵੀ ਸਰਕਾਰ ਦੀ ਮਰਜ਼ੀ ਤੋਂ ਬਿਨਾ ਨਾ ਸਮਗਲਿੰਗ ਹੋ ਸਕਦੀ ਹੈ ਨਾ ਇਨਫਿਲਟ੍ਰੇਸ਼ਨ ਹੋ ਸਕਦੀ ਹੈ ਨਾ ਡਰਗਸ ਪੰਜਾਬ ਚ ਆ ਸਕਦੇ ਨੇ ਔਰ ਇਹ ਸਾਰੇ ਇਹ ਸਭ ਚੋਂ ਤੁਸੀਂ ਦੇਖੋ ਵੀ ਇਹ ਤਾਂ ਉੱਪਰੋਂ ਉਹਨਾਂ ਨੇ ਜਿਹਨੂੰ ਕੀ ਕਹਿੰਦੇ ਨੇ ਉਹ ਟੀਪ ਜਾਈ ਕਰਤੀ ਫੇਰ ਉਹ ਬਿਠਾਇਆ ਹੋਇਆ ਰਮੇਸ਼ਿੰਦਰ ਸਿੰਘ ਇਹ ਉਹ ਬੰਦਾ ਹੈ ਜਦੋਂ ਗੁਰਦੇਵ ਸਿੰਘ ਬਰਾੜ ਨੂੰ ਛੁੱਟੀ ਭੇਜ ਦਿੱਤਾ ਜਾਂਦਾ ਮਈ ਦੇ ਅਖੀਰਲੇ ਹਫਤੇ ਚ ਜੂਨ ਦੇ ਪਹਿਲਾ ਹਫਤਾ ਪਹੁੰਚਦਾ ਰਮੇਸ਼ਿੰਦਰ ਸਿੰਘ ਐਜ਼ ਅ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੁਆਇਨ ਕਰਦਾ ਜੋ ਦਰਬਾਰ ਸਾਹਿਬ ਦੇ ਹਮਲੇ ਚ ਜੋ ਕੁਝ ਹੋਇਆ ਇਹ ਅੰਮ੍ਰਿਤਸਰ ਦੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈ ਰਿਟਾਇਰ ਹੋਣ ਤੋਂ ਬਾਅਦ ਇਹ ਭਾਜਪਾ ਜੁਆਇਨ ਕਰਦਾ ਹੈ ਖੁੱਲਕੇ ਪੂਰੀ ਤਰ੍ਹਾਂ ਫਿਰ ਆਪਣੀ ਕਿਤਾਬ ਜਿਹੜੀ ਲਿਖਦਾ ਹੈ ਸੋ ਕਾਲਡ ਉਹਨੂੰ ਜਸਟੀਫਾਈ ਕਰਦਾ ਹੈ ਇਹ ਠੀਕ ਹੈ ਵੀ ਭਾਜਪਾ ਨੇ ਕੋਈ ਲੰਬੀ ਚੌੜੀ ਹੱਡੀ ਨਹੀਂ ਪਾਈ ਜਿਵੇਂ ਹੁਣ ਜਿਹੜਾ ਇੱਥੋਂ ਤਰਨਜੀਤ ਸਿੰਘ ਸੰਧੂ ਗਿਆ ਇਹਨੂੰ ਲਾਦਾ ਉਹਨਾਂ ਨੇ ਐਮਪੀ ਦੀ ਟਿਕਟ ਦੇ ਦੇਣੀ ਅੰਮ੍ਰਿਤਸਰ ਤੋਂ ਉਹਦੇ ਕੋਲ ਭੇਜਤ ਨੇ ਇਹ ਉਹਨਾਂ ਨੇ ਰਮੇਸ਼ਿੰਦਰ ਨੂੰ ਦੇਖ ਲਿਆ ਕਿ ਭਾਈ ਉਹਨੂੰ ਰਮੇਸ਼ਿੰਦਰ ਨੂੰ ਬਾਦਲ ਨੇ ਵੀ ਆਪਣਾ ਚੀਫ ਸੈਕਟਰੀ ਲਾਇਆ ਔਰ ਉਹ ਤੁਸੀਂ ਇਹਨਾਂ ਦਾ ਦੇਖੋ ਵੀ ਉੱਪਰਲਾ ਉਹ ਕਹਿ ਰਿਹਾ ਹੈ ਉਹ ਰਹਾ ਕਿ ਜੀ ਭਿੰਡਾਵਾਲਿਆਂ ਨੂੰ ਔਰ ਦੂਸਰਾ ਇਹ ਫੌਜੀ ਐਕਸ਼ਨ ਠੀਕ ਨਹੀਂ ਸੀ ਸਿੱਖਾਂ ਦੀ ਮਾਨਸਿਕਤਾ ਨੂੰ ਜ਼ਖਮੀ ਕੀਤਾ ਔਰ ਉਹ ਰਮੇਸ਼ਿੰਦਰ ਸਿੰਘ ਕਹਿ ਰਿਹਾ ਪੰਜਾਬ ਵਾਸ ਗੇਟਵੇ ਟੂ ਇਨਵੇਸ਼ਨਸ ਵਿਚ ਕ੍ਰੀਏਟਿਡ ਅ ਕੰਜ਼ਿਊਮਰਿਸਟ ਸੁਸਾਇਟੀ ਕਿ ਜੀ ਹਮਲਾਵਰਾਂ ਦਾ ਇਹ ਦਰਵਾਜ਼ਾ ਹੈ ਹੀ ਆਲਸੋ ਸਪੋਕ ਅਬਾਊਟ ਅਮਰਤਪਾਲ ਸਿੰਘ ਹੂ ਵਾਸ ਅਰੈਸਟਿਡ ਲਾਸਟ ਈਅਰ ਸੇਇੰਗ there were forces sitting in other countries which should not be allowed to manipulate people ਹੁਣ ਅਮਰਤਪਾਲ ਸਿੰਘ ਨੂੰ ਵੀ ਆਈਐਸਆਈ ਨਾਲ ਜੋੜਤਾ ਹੈ ਪਾਕਿਸਤਾਨ ਨਾਲ ਇਹ ਕੰਮ ਉਹ ਤੋਂ ਦੇਖਣ ਨੂੰ ਲੱਗੇਗਾ ਜੀ ਵੀਰ ਸਿੰਘ ਦੇ ਨਾਂ ਤੇ ਸਾਹਿਤ ਸਦਨ ਮਨਮੋਹਨ ਸਿੰਘ ਦਾ ਮੈਸੇਜ ਦੇਖੋ ਵੋਰੇ ਨੇ ਕਿਹਾ ਇੰਦਰਾ ਗਾਂਧੀ ਨੇ ਆ ਉਹਦੇ ਚੋਂ ਉਹਨਾਂ ਨੇ ਕਨਕਲੂਜਨ ਕੱਢਣਾ ਸੀ ਔਰ ਨਾਲ ਉਹ ਕਹਿ ਰਿਹਾ ਪਲੀਜ਼ ਸੈਂਡ ਅ ਮੈਸੇਜ ਥੈਟ ਵੀ ਆਰ ਨਾਟ ਅ ਵਾਇਲੈਂਟ ਸੋਸਾਇਟੀ ਕਮ ਐਂਡ ਇਨਵੈਸਟ वन सेक्टर ग्रोथ एंड डिपेंडेंस ऑन ए सिंगल सेक्टर विल नॉट कैरी एज फॉरवर्ड उन पहले दिनच ता ए रमेश चंद्र ਦੇ ਨਾਲ ਭੋਗ ਪਾਇਆ ਕਿ ਅਮਰਿਤਪਾਲ ਸਿੰਘ اور ਇਹ ਸਾਰੀ ਮੂਵਮੈਂਟ ਆਈਐਸਆਈ ਦੀ ਖੜੀ ਕੀਤੀ ਹੈ ਦੂਸਰੇ ਦਿਨ ਉਹਨਾਂ ਨੇ ਅਮਰੀਕਾ ਦਾ ਇੱਕ ਪ੍ਰੋਫੈਸਰ ਮਾਰਕ ਯਰਗਨਸ ਬਿਆ ਹਮ یہودی ਹੈ ਅਥਾਰਟੀ ਮੰਨਿਆ ਜਾਂਦਾ ਹੈ 90s ਦੇ ਵਿੱਚ ਇਹਨੇ ਮੈਨੂੰ ਵੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ ਮੈਂ ਦਿੱਤਾ ਨਹੀਂ ਕਿਉਂਕਿ ਮੈਂ ਇਹਦੇ ਵਰਕਸ ਦੇਖ ਲਏ ਸੀ ਤੇ ਮੈਨੂੰ ਇਹਦੀ ਪ੍ਰੋਕਸੀਮਿਟੀ ਦਾ ਪਤਾ ਸੀ ਅ ਇੰਡੀਅਨ ਗਵਰਨਮੈਂਟ ਦੇ ਨਾਲ ਹਾਲਾਂ ਇਹਨੇ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ ਇੰਟਰਵਿਊ ਕਿਹਾ ਉਹਨਾਂ ਨੂੰ ਟੈਰਰਿਸਟ ਹੀ ਕਿਹਾ ਇਹਨੇ ਪਰ ਉੱਥੇ ਹੁਣ ਇਹ ਜਾ ਕੇ ਡਿਗਨਿਟੀ ਦੀ ਔਰ ਦੂਸਰੀ ਗੱਲ ਵੀ ਕਰ ਰਿਹਾ ਮਾਰਕ ਯਰਗਜ਼ ਯਰਗਜ਼ਬਰਗ ਉਹ 1980s ਦੀ ਪੰਜਾਬ ਅਪਰਾਇਜ਼ਿੰਗ ਦੇ ਉੱਤੇ ਬੋਲਦਾ ਰਿਵੀਲਿੰਗ ਲੇਅਰਸ ਬਿਯੋਂਡ ਦਾ ਕਾਮਨਲੀ ਪਰਸੀਵਡ ਕੁਐਸਟ ਫਾਰ ਖਾਲਸਾਤਨ Speaking on the event's final day Dr. Zurcher an emeritus professor at University of California हुँ. Santa Barbara and une a dissected the multifaceted nature of the conflict emphasizing the struggle for Sikh pride and against police repression ke sikhan da jehdi struggle si o ta apne fakhar ਪ੍ਰਾਈਡ ਲਈ ਸੀ ਔਰ ਪੁਰਸ਼ ਦੇ ਜ਼ੁਲਮ ਦੇ ਖਿਲਾਫ ਸੀ ਔਰ ਇਹ ਜਿਹੜਾ ਰਿਲੀਜੀਅਸ ਨੈਸ਼ਨਲਿਜ਼ਮ ਫਿਰ ਉਹ ਕਹਿ ਰਿਹਾ ਯਰਸ ਮੇਅਰ ਹੀ ਹਾਈਲਾਈਟਡ ਦੈਟ ਮੂਵਮੈਂਟ ਇਨ ਪੰਜਾਬ ਡੂਰਿੰਗ ਦਾ 1980s ਆਫਟਨ ਲੇਬਲਡ ਸੋਲੀ ਐਜ਼ ਅ ਪੁਸ਼ ਫਾਰ ਖਾਲਿਸਤਾਨ ਵਾਸ ਇਨ ਰਿਐਲਿਟੀ ਅ ਮੈਨੀਫੈਸਟੇਸ਼ਨ ਆਫ ਰਿਲੀਜੀਅਸ ਨੈਸ਼ਨਲਿਜ਼ਮ ਵਿਦ ਬ੍ਰਾਡਰ ਗੋਲਸ ਕਿ ਜੇ ਖਾਲਸਤਾਨ ਦੀ ਮੂਵਮੈਂਟ ਜਿਹਨੂੰ ਸਾਬਤ ਕੀਵੇਂ ਨਹੀਂ ਸੀ ਇਹ ਜਿਹੜਾ ਰਿਲੀਜੀਅਸ ਨੈਸ਼ਨਲਿਜ਼ਮ ਸੀ ਧਾਰਮਿਕ ਤੌਰ ਦੇ ਉੱਤੇ ਤੇ ਗੋਲੂ ਦੇ ਥੋੜੇ ਜੇ ਵੱਡੇ ਸੀ ਫਿਰ ਉਹਨੇ ਪਿੰਡਰਾਵਾਲਿਆਂ ਨੂੰ ਸਾਈਡ ਕਰਕੇ ਕਿਹਾ ਕਿ ਵੀ ਦਾ ਅਪਰਾਈジング ਵਾਸ ਫੰਡਾਮੈਂਟਲੀ ਅਬਾਊਟ ਸਿੱਖ ਪ੍ਰਾਈਡ ਐਂਡ ਡਿਗਨਿਟੀ ਉਹਨਾਂ ਪਿੰਡਰਾਵਾਲਿਆਂ ਦੀਆਂ 200 ਸਪੀਚਸ ਚ ਤੁਸੀਂ ਹਰ ਸਪੀਚ ਗੁਲਾਮੀ ਲਫ਼ਜ਼ ਸੁਣੋਗੇ ਹੁਣ ਪ੍ਰਾਈਡ ਤਾਂ ਤੁਹਾਡਾ ਉਦੋਂ ਜਾਂਦਾ ਜੇ ਤੁਸੀਂ ਗੁਲਾਮ ਹੁੰਦੇ ਹੋ ਤੇ ਪ੍ਰਾਈਡ ਰੀਸਟੋਰ ਹੁੰਦਾ ਜਦੋਂ ਤੁਸੀਂ ਆਜ਼ਾਦ ਹੁੰਦੇ ਹੋ ਸੋ ਸਲੇਵਰੀ ਔਰ ਸੋਵਰਨਿਟੀ ਦੀ ਸਟਰਗਲ ਦੇ ਵਿੱਚ ਸਟਰਗਲ ਤਾਂ ਸੋਵਰਨਿਟੀ ਦੀ ਹੈ ਪ੍ਰਾਈਡ ਤੁਸੀਂ ਬਿਨਾ ਸੋਵਰਨਿਟੀ ਤੋਂ ਕਿਵੇਂ ਰੀਸਟੋਰ ਕਰੋਗੇ ਪਰ ਇਹ ਹੈ ਜਦੋਂ ਤੁਸੀਂ ਲਫ਼ਜ਼ਾਂ ਦੀ ਜਾਦੂਕਰੀ ਦੇ ਵਿੱਚ ਇਹ ਵੀ ਦੱਸੋਗੇ ਜੀ ਦੇਖੋ ਅਬਾਊਟ ਸਿੱਖ ਪ੍ਰਾਈਡ ਐਂਡ ਡਿਗਨਿਟੀ ਚੈਲੈਂਜਿੰਗ ਦਾ ਰਿਡਕਸ਼ਨਿਸਟ ਥਿਊ ਵੂ ਥੈਟ ਏਵਰੀ ਪਾਰਟਿਸਪੀਐਂਟ ਵਾਸ ਅ ਸੈਪਰੇਟ ਇਵਨ ਇਸੀ ਕਿ ਜੀ ਹਰ ਕੋਈ ਅਲਗ ਅਲਗਾਵਾਦੀ ਸੀ ਉਦੇ ਤੇ ਜਿਹੜਾ ਇਹ ਕੰਪਲੈਕਸਿਟੀ ਹੈ ਤੇ ਇਹ ਉਹ ਹੈ ਹਾਲਾਂ ਹਮੀਰ ਸਿੰਘ ਜਿਹੜੇ ਅੱਛੇ ਜਰਨਲਿਸਟ ਨੇ ਪੰਜਾਬੀ ਟ੍ਰਿਬਿਊਨ ਚ ਰਹੇ ਅਕਸਰ ਪੰਜਾਬ ਟੀਵੀ ਦੇ ਉੱਤੇ ਵੀ ਉਹਨਾਂ ਦੀ ਹੁੰਦੀ ਹੈ ਉਹਨਾਂ ਨੇ ਵੀ ਕੇਸ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਕਿਵੇਂ ਜ਼ਬਾਨ ਨੂੰ ਮਜ਼ਬ ਨਾਲ ਜੋੜਿਆ ਗਿਆ ਪੰਜਾਬੀ ਸੂਬਾ ਔਰ ਉਸ ਨੂੰ ਕਿਵੇਂ ਬਦਨਾਮ ਕੀਤਾ ਗਿਆ ਔਰ ਇਹ ਸਾਰੇ ਦੇ ਨਾਲ-ਨਾਲ ਕਿਵੇਂ ਜੇ ਬਣਾਇਆ ਗਿਆ ਤੇ ਰਾਜਧਾਨੀ ਵੀ ਖੋਹ ਲਈ ਗਈ ਔਰ ਨੈਗੇਟ ਕੀਤਾ ਗਿਆ ਉਹਨਾਂ ਨੇ ਕਿਹਾ ਜੇ ਜਦੋਂ ਤੱਕ ਪੁਰਾਣੇ ਜਿਹੜਾ ਚੈਪਟਰ ਹੈ ਉਸ ਦੇ ਉੱਤੇ ਲਿਡ ਨਹੀਂ ਰੱਖੀ ਜਾਂਦੀ ਜਾਂ ਦੂਜਾ ਇਹ ਗੱਲ ਕਿਸੇ ਪਾਸੇ ਜਾਏਗੀ ਨਹੀਂ ਚਲੋ ਉਹ ਉਹਨਾਂ ਨੇ ਤਾਂ ਆਪਣੇ ਢੰਗ ਨਾਲ ਗੱਲ ਕੀਤੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਰਾ ਭੰਬਲ ਪੂਸਾ ਮਹਿਕਮਾ ਇਹ ਹਰ ਪਾਸਿਓਂ ਖੜੇ ਕਰ ਰਹੇ ਨੇ ਤੁਹਾਨੂੰ ਔਰ ਇਸ ਕਿਸਮ ਦੇ ਬਾਹਰਲੇ ਮੁਲਕਾਂ 'ਚ ਵੀ ਇਹਨਾਂ ਵੱਲੋਂ ਭੇਜੇ ਜਾਂਦੇ ਨੇ ਅੱਗੇ ਵੀ ਜਦੋਂ ਇਹ 90s ਦੇ ਵਿੱਚ ਇੱਥੇ ਸੀ ਇਦਾਂ ਦੇ ਇਹਨਾਂ ਨੇ ਬਾਹਰ ਵੀ ਭੇਜੇ ਉਨਾ ਜੋ ਇੱਕ ਲਈ ਤਾਂ ਚੰਗੀ ਅਸੀਂ ਸੇਵਾ ਕੀਤੀ ਉਹ ਨਵੇਂ ਜ਼ਮਾਨੇ ਦਾ ਐਡੀਟਰ ਅਸੀਂ ਜਗਜੀਤ ਸਿੰਘ ਆਨੰਦ ਬਰਕਲੇ ਯੂਨੀਵਰਸਿਟੀ ਚ ਤੇ ਉਹ ਦੂਸਰੇ ਵੀ ਇੱਕ ਥਾਂ ਤੇ ਉਹ ਇੱਕ ਉਹਨਾਂ ਦਾ ਸਾਬਕਾ ਜਰਨਲ ਸੀ ਫੌਜੀ ਉਹਨੂੰ ਭੇਜਿਆ ਹੋਇਆ ਸੀ ਸਿੱਖ ਪੱਗ ਵਾਲਾ ਤੇ ਉਹਨੂੰ ਬੰਦ ਹਾਲ ਦੇ ਵਿੱਚ ਸਿੰਘ ਆਪਣੇ 10-15 ਪਹੁੰਚੇ ਨਾਰੇ ਜਾਂ ਦੂਜੇ ਤਾਂ ਉਹਨਾਂ ਨੇ ਕਿਹਾ ਵੀ ਲਾਇ ਤੇ ਇਹਨਾਂ ਨੇ ਕੱਢ ਦੇਣਾ ਉਹਨਾਂ ਨੇ ਇਹੀ ਰੱਖਿਆ ਹੋਇਆ ਸੀ ਕਿ ਵੀ ਜਦੋਂ ਤੁਹਾਡੇ ਵੱਲ ਨਜ਼ਰ ਪਏ ਐ ਕਰਕੇ ਐ ਕਰ ਦੋ ਵੀ ਨੱਕ ਡੋਬ ਕੇ ਮਰ ਉਹ ਸਾਰੇ ਆਪਣੇ ਜਿਹੜੇ ਬੈਠੇ ਹੁਣ ਬਾਕੀਆਂ ਨੂੰ ਨਾ ਉਹ ਹਿਲ ਜਾਏ ਖੜਾ ਬਾਕੀਆਂ ਨੂੰ ਲੱਗੇ ਜਿਹੜੇ ਗੋਰੇ ਜਾਂ ਦੂਜੇ ਬੜੇ ਇਕੱਠੇ ਕੀਤੇ ਸੀ ਵੀ ਇਹ ਕੀ ਹੋ ਰਿਹਾ ਵੀ ਇਹ ਕਰ ਕੁਛ ਨਹੀਂ ਰਿਹਾ ਵੀ ਜਦੋਂ ਉਹਨਾਂ ਦਾ ਕਿਸੇ ਵੱਲ ਅਖ ਕਿ ਮੈਂ ਨੱਕ ਡੋਬ ਕੇ ਮਰ ਜਿਹਨੂੰ ਕਹਿੰਦੇ ਨੇ ਚੱਪਣੀ ਚ ਨੱਕ ਡੋਬ ਕੇ ਮਰਨਾ ਸੋ ਹੁਣੇ ਜਿਹੜੇ ਨੇ ਇਸ ਕਿਸਮ ਦੇ ਇੱਧਰ ਵੀ ਹੋਰ ਵੀ ਤੁਰਨਗੇ ਕਿ ਵੀ ਇਹ ਤੁਸੀਂ ਇੱਕ ਪੰਬੜ ਪੂਸਾ ਪੈਦਾ ਕਰੋ ਸੋ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਸੱਖਾਂ ਦੀ ਡਿਗਨਿਟੀ ਪ੍ਰਾਈਡ ਜੇ ਰੀਸਟੋਰ ਹੋਏਗਾ ਤੇ ਖਾਲਿਸਤਾਨ ਦੀ ਕਾਇਮੀ ਨਾਲ ਹੋਏਗਾ ਇਸ ਤੋਂ ਬਿਨਾ ਹਰ ਚੀਜ਼ ਗੁਲਾਮੀ ਵਾਲੀ ਸਾਨੂੰ ਤੱਕੇਗੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬ੍ਰੇਕ ਈਵਰਸ ਤੁਸਾਂ ਇਸੇ ਤਰ੍ਹਾਂ ਬੜੇ ਨਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ